ਹੁਣ ਤੁਹਾਡੇ ਫੋਨ ਤੋਂ WhatsApp ਤੇ ਚੈਟ ਕਰਨਾ ਜਿੱਥੇ ਹੋਰ ਵੀ ਸੌਖਾ ਹੋ ਗਿਆ ਹੈ ਉੱਥੇ ਹੀ WhatsApp ਨੇ ਇੱਕ ਹੋਰ ਨਵਾਂ ਫੀਚਰ ਜਾਰੀ ਕਰ ਦਿੱਤਾ ਹੈ। ਨਵੇਂ ਜਾਰੀ ਕੀਤੇ ਫੀਚਰ ਬੀਟਾ ਵਰਜ਼ਨ 2.17.1.869 ਵਿੱਚ ਤੁਸੀਂ ਆਪਣੇ ਫੋਨ ਤੋਂ ਕਿਸੇ ਦੂਜੇ ਫੋਨ ਤੇ ਕੀਤੀ ਗਈ ਚੈਟ ਨੂੰ ਡਿਲੀਟ ਕਰ ਸਕਦੇ ਹੋ ਜਾਂ ਫਿਰ ਉਸ ਵਿੱਚ ਆਪਣੀ ਸੁਵਿਧਾ ਅਨੁਸਾਰ ਸੁਧਾਰ ਵੀ ਕਰ ਸਕਦੇ ਹੋ। ਜਿੱਥੇ ਇਸ ਫੀਚਰ ਦੇ ਆਉਣ ਨਾਲ WhatsApp ਯੂਜ਼ਰਸ ਨੂੰ ਵੱਡੀ ਸੁਵਿਧਾ ਮਿਲੇਗੀ ਉੱਥੇ ਹੀ ਯੂਜ਼ਰਸ ਜ਼ਿਆਦਾ ਮੈਸੇਜ ਜਾਂ ਵਾਰ ਵਾਰ ਮੈਸੇਜ ਕਰਨ ਦੀ ਬਜਾਏ ਕੀਤੇ ਹੋਏ ਮੈਸੇਜ ਵਿੱਚ ਹੀ ਲੋੜੀਂਦੀ ਜ਼ਰੂਰੀ ਗੱਲ ਐਡ ਕਰ ਸਕਦੇ ਨੇ। ਬਹਰਹਾਲ WhatsApp ਵੱਲੋਂ ਇਹ ਸੁਵਿਧਾ ਆਈਫੋਨ 'ਤੇ ਦਿੱਤੀ ਜਾ ਰਹੀ ਹੈ ਪਰ ਬਹੁਤ ਜਲਦੀ ਹੀ ਇਹ ਸੁਵਿਧਾ ਐਂਡਰਾਇਡ ਫੋਨ 'ਤੇ ਵੀ ਮਿਲੇਗੀ। ਵਿਜੇ ਰਿਪੋਰਟ, ਸਪੋਕਸਮੈਨ ਟੀਵੀ।